हाँ जी सत श्री अकाल जी सारिआं नूं। अज आपां पंजाबी म्यूजिक इंडस्ट्री दे मन्ने परमन्ने गायक ते एक्टर सुरेंद्र शिंदा दी बायोग्राफी लैके आए हां, जिन्हां ने एक तो एक सुपरहिट गाने लोकां दी झोली पाए। सुरेंद्र शिंदा दा पूरा नां की है, ਉਹਨਾਂ ਦੀ ਉਮਰ ਕੀ ਹੈ, ਜਨਮ ਸਥਾਨ ਕਿਹੜਾ ਹੈ, ਪਰਿਵਾਰ 'ਚ ਕੌਣ ਕੌਣ ਨੇ, ਕਿੱਦਾਂ ਉਹ ਇੰਨੇ ਵੱਡੇ ਸਿੰਗਰ ਬਣੇ, ਇਹ ਸਾਰੀ ਜਾਣਕਾਰੀ ਅਸੀਂ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ। ਪੂਰੀ ਜਾਣਕਾਰੀ ਲਈ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ। ਸੋ ਸਭ ਤੋਂ ਪਹਿਲਾਂ ਸੁਰਿੰਦਰ ਸ਼ਿੰਦਾ ਦਾ ਅਸਲ ਨਾਂ ਹੈ ਸੁਰਿੰਦਰ ਪਾਲ ਧੰਮੀ। ਇਹਨਾਂ ਦਾ ਜਨਮ 20 ਮਈ 1953 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਛੋਟੀ ਐਲੀ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਸੀ ਉਸਤਾਦ ਮਿਸਤਰੀ ਬਚਨ ਰਾਮ ਤੇ ਮਾਤਾ ਦਾ ਨਾਂ ਸੀ ਵਿਦਿਆਵਤੀ। ਜੇ ਇਹਨਾਂ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਇਹਨਾਂ ਦਾ ਵਿਆਹ ਜੋਗਿੰਦਰ ਕੌਰ ਦੇ ਨਾਲ ਹੋਇਆ ਤੇ ਇਹਨਾਂ ਦੇ ਦੋ ਬੇਟੇ ਨੇ, ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਅਮਰਿੰਦਰ ਸ਼ਿੰਦਾ ਤੇ ਦੂਜੇ ਦਾ ਨਾਂ ਸਿਮਰਨ ਸ਼ਿੰਦਾ ਹੈ। ਇਹਨਾਂ ਦੀਆਂ ਦੋ ਬੇਟੀਆਂ ਵੀ ਨੇ, ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਹੈ ਮੀਨਾ ਸਿੰਘ ਤੇ ਦੂਜੀ ਦਾ ਨਾਂ ਹੈ ਨੀਨੂ। ਜੇ ਸੁਰਿੰਦਰ ਸ਼ਿੰਦਾ ਦੀ ਪੜ੍ਹਾਈ ਬਾਰੇ ਗੱਲ ਕਰੀਏ ਤਾਂ ਇਹਨਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਪ੍ਰਾਇਮਰੀ ਸਕੂਲ ਹੱਥਾ ਸ਼ੇਰ ਜੰਗ ਜ਼ਿਲ੍ਹਾ ਲੁਧਿਆਣਾ ਤੋਂ ਕੀਤੀ। ਇਸ ਤੋਂ ਬਿਨਾਂ ਉਹਨਾਂ ਨੇ ਸਰਕਾਰੀ ਮਲਟੀਪਰਪਸ ਸਕੂਲ ਲੁਧਿਆਣਾ ਤੋਂ ਵੀ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਇਹਨਾਂ ਨੇ SIS ਕਾਲਜ ਲੁਧਿਆਣਾ ਤੋਂ ਮਕੈਨੀਕਲ ਦੇ ਵਿੱਚ ਇੰਜੀਨੀਅਰਿੰਗ ਪੂਰੀ ਕੀਤੀ। ਸਿੰਗਰ ਬਣਨ ਤੋਂ ਪਹਿਲਾਂ ਇਹਨਾਂ ਨੇ ਸਰੂਪ ਮਕੈਨੀਕਲ ਵਰਕਸ ਲੁਧਿਆਣਾ ਵਿਖੇ ਨੌਕਰੀ ਕੀਤੀ। ਸੁਰਿੰਦਰ ਸ਼ਿੰਦਾ ਨੇ ਗਾਇਕੀ ਦੀ ਤਾਲੀਮ ਆਪਣੇ ਉਸਤਾਦ ਜਸਵੰਤ ਬੰਬਰਾ ਤੋਂ ਲਈ। ਜੇ ਗੱਲ ਕਰੀਏ ਸੁਰਿੰਦਰ ਸ਼ਿੰਦਾ ਦੇ ਮਿਊਜ਼ਿਕ ਕੈਰੀਅਰ ਦੀ ਤਾਂ ਇਹਨਾਂ ਦਾ ਪਹਿਲਾ ਸੌਂਗ ਸੀ ਉੱਚਾ ਬੁਰਗ ਲਾਹੌਰ ਦਾ, ਜੋ ਕਿ ਸੁਪਰ ਡੁਪਰ ਹਿੱਟ ਰਿਹਾ। ਗਾਇਕ ਬਣਨ ਤੋਂ ਬਾਅਦ ਉਹਨਾਂ ਨੇ ਨੌਕਰੀ ਕਰਨੀ ਛੱਡ ਦਿੱਤੀ ਤੇ ਉਹ ਪਰਮਾਨੈਂਟ ਸਿੰਗਿੰਗ ਵਾਲੇ ਪਾਸੇ ਆ ਗਏ। 1779 ਵਿੱਚ ਸੁਰਿੰਦਰ ਸ਼ਿੰਦਾ ਨੇ ਰੱਖ ਲੈ ਕੈਲੰਡਰ ਯਾਰਾਂ ਦਾ ਨਾਂ ਦੀ ਮਿਊਜ਼ਿਕ ਐਲਬਮ ਰਿਲੀਜ਼ ਕੀਤੀ, ਜਿਸ ਨੂੰ ਦਰਸ਼ਕਾਂ ਦਾ ਰੱਜਵਾਂ ਪਿਆਰ ਮਿਲਿਆ। ਜਿਸ ਤੋਂ ਬਾਅਦ ਸੁਰਿੰਦਰ ਸ਼ਿੰਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਊਚ ਕੋਟੀ ਦਾ ਗਾਇਕ ਬਣ ਗਿਆ। ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਸੁਰਿੰਦਰ ਸ਼ਿੰਦਾ ਦੀਆਂ ਤਕਰੀਬਨ 40 ਤੋਂ ਵੀ ਵੱਧ ਮਿਊਜ਼ਿਕ ਐਲਬਮ ਰਿਲੀਜ਼ ਹੋ ਚੁੱਕੀਆਂ ਨੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਸੁਰਿੰਦਰ ਸ਼ਿੰਦਾ ਤੋਂ ਕਈ ਮੰਨੇ ਪ੍ਰਮੰਨੇ ਪੰਜਾਬੀ ਗਾਇਕਾਂ ਨੇ ਸੰਗੀਤ ਵੀ ਸਿੱਖਿਆ, ਜਿੱਦਾਂ ਕਿ ਅਮਰ ਸਿੰਘ ਚਮਕੀਲਾ ਤੇ ਗਿੱਲ ਹਰਦੀਪ, ਉਹਨਾਂ ਨੇ ਸੁਰਿੰਦਰ ਸ਼ਿੰਦਾ ਤੋਂ ਮਿਊਜ਼ਿਕ ਸਿੱਖਿਆ। ਸੁਰਿੰਦਰ ਸ਼ਿੰਦਾ ਕੁਲਦੀਪ ਮਾਨਕ ਦਾ ਸਾਥੀ ਰਿਹਾ, ਉਹਨਾਂ ਦਾ ਜਿਉਣਾ ਮੋੜ ਸੌਂਗ ਵੀ ਕਾਫੀ ਸੁਪਰ ਹਿੱਟ ਰਿਹਾ। ਇਸ ਤੋਂ ਬਿਨਾਂ ਬਦਲਾ ਲੈ ਲਈ ਸੋਹਣਿਆ ਸੌਂਗ ਵੀ ਵੱਡੇ ਹਿੱਟ ਗੀਤਾਂ ਚੋਂ ਇੱਕ ਹੈ। ਸਾਲ 2013 ਵਿੱਚ ਸੁਰਿੰਦਰ ਸ਼ਿੰਦਾ ਨੂੰ ਬ੍ਰਿਟ ਏਸ਼ੀਆ ਟੀਵੀ ਮਿਊਜ਼ਿਕ ਅਵਾਰਡਸ ਦੇ ਵਿੱਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਿਨਾਂ ਪੁੱਤ ਜੱਟਾਂ ਦੇ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ, ਬਲਵੀਰੋ ਭਾਬੀ ਤੇ ਕਹਿਰ ਸਿੰਘ ਦੀ ਮੌਤ ਜਿਹੇ ਸੁਪਰਹਿੱਟ ਸੌਂਗ ਉਹਨਾਂ ਨੇ ਗਾਏ। ਜੇ ਉਹਨਾਂ ਦੀ ਕੁਝ ਸੁਪਰਹਿੱਟ ਕੈਸਟਾਂ ਦੀ ਗੱਲ ਕਰੀਏ ਤਾਂ ਦੁੱਲਾ ਭੱਟੀ, ਜੱਗਾ ਜੱਟ, ਪੁੱਤ ਸਰਦਾਰਾਂ ਦੇ, ਬੋਲ ਪੰਜਾਬ ਦੇ, ਉਹ ਤੇਰਾ ਕੀ ਲੱਗਦਾ, ਸ਼ਿੰਦੇ ਦੀਆਂ ਕਲੀਆਂ, ਤਲਾਕ ਅਮਲੀ ਦਾ ਤੇ ਮੈਂ ਡਿੱਗੀ ਤਿਲਕ ਕੇ ਤੋਂ ਬਿਨਾਂ ਹੋਰ ਕਈ ਕੈਸਟਾਂ ਉਹਨਾਂ ਨੇ ਰਿਲੀਜ਼ ਕੀਤੀਆਂ। ਗਾਉਣ ਦੇ ਨਾਲ ਨਾਲ ਉਹਨਾਂ ਦੀ ਐਕਟਿੰਗ ਵੀ ਬਾਕਮਾਲ ਹੈ। ਉਹ ਕਈ ਪੰਜਾਬੀ ਫਿਲਮਾਂ ਦੇ ਵਿੱਚ ਐਕਟਿੰਗ ਵੀ ਕਰ ਚੁੱਕੇ ਨੇ ਤੇ ਗਾਣੇ ਵੀ ਗਾ ਚੁੱਕੇ ਨੇ, ਜਿੱਦਾਂ ਕਿ ਗਨ ਇਜ਼ ਗੋਲ, ਪੰਜਾਬ ਬੋਲਦਾ, ਕੈਮ ਸਰਦਾਰੀ, ਟਰੱਕ ਡਰਾਈਵਰ, ਤਬਾਹੀ, ਚੜ੍ਹਦਾ ਸੂਰਜ, ਬਗਾਵਤ, ਅਣਖੀਲਾ ਸੂਰਮਾ, ਦਿਲ ਦਾ ਮਾਮਲਾ, ਜੱਟ ਜਿਉਣਾ ਮੋੜ, ਬਦਲਾ ਜੱਟੀ ਦਾ, ਉੱਚਾ ਦਰ ਬਾਬੇ ਨਾਨਕ ਦਾ, ਕੀ ਬਣੂ ਦੁਨੀਆ ਦਾ ਤੇ ਪੁੱਤ ਜੱਟਾਂ ਦੇ। ਤੁਹਾਨੂੰ ਦੱਸ ਦਈਏ ਕਿ ਸੁਰਿੰਦਰ ਸ਼ਿੰਦਾ 23-24 ਪੰਜਾਬੀ ਫਿਲਮਾਂ 'ਚ ਹੁਣ ਤੱਕ ਕੰਮ ਕਰ ਚੁੱਕੇ ਨੇ। ਜੇ ਇਹਨਾਂ ਦੇ ਇਨਾਮਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ 25-26 ਗੋਲਡ ਮੈਡਲ ਮਿਲੇ ਹੋਏ ਨੇ ਤੇ 2500 ਤੋਂ ਵੀ ਵੱਧ ਟਰੋਫੀਜ਼ ਇਹਨਾਂ ਨੇ ਜਿੱਤੀਆਂ ਹੋਈਆਂ ਨੇ। ਤੁਹਾਨੂੰ ਦੱਸ ਦਈਏ ਕਿ ਅੱਜ ਸਾਲ 2023 ਦੇ ਹਿਸਾਬ ਨਾਲ ਸੁਰਿੰਦਰ ਸ਼ਿੰਦਾ ਦੀ ਉਮਰ 70 ਸਾਲ ਦੇ ਲਗਭਗ ਹੋ ਚੁੱਕੀ ਹੈ ਤੇ ਉਹਨਾਂ ਦੀ ਸਿਹਤ ਵਿਗੜਨ ਕਾਰਨ ਉਹਨਾਂ ਨੂੰ ਲੁਧਿਆਣਾ ਦੇ ਦੀਪ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ, ਜਿੱਥੇ ਉਹਨਾਂ ਦੀ ਸਿਹਤ ਠੀਕ ਨਾ ਹੋ ਸਕੀ। ਉਸ ਤੋਂ ਬਾਅਦ ਹੁਣ ਉਹ ਲੁਧਿਆਣਾ ਦੇ DMC ਹਸਪੀਟਲ 'ਚ ਦਾਖਲ ਨੇ। ਵਾਹਿਗੁਰੂ ਕਰੇ ਉਹ ਜਲਦੀ ਠੀਕ ਹੋਣ। ਆਓ ਆਪਾਂ ਉਹਨਾਂ ਦੀ ਤੰਦਰੁਸਤੀ ਲਈ ਕਮੈਂਟ ਬਾਕਸ 'ਚ ਇੱਕ ਵਾਰ ਵਾਹਿਗੁਰੂ ਅੱਗੇ ਅਰਦਾਸ ਜ਼ਰੂਰ ਕਰੀਏ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ।